ਪੰਜਾਬ ਸਰਕਾਰ ਦੀ ਮਾਈ ਭਾਗੋ ਸਕੀਮ ਤਹਿਤ ਸੀਨੀਅਰ ਸੈਕੰਡਰੀ ਸਕੂਲ ਰਾਮਪੁਰਾ ਫੂਲ ਦੀਆਂ ਵਿਦਿਆਰਥਣਾਂ ਨੂੰ ਸਾਈਕਲ ਵੰਡਣ ਲਈ ਸਕੂਲ ਦੇ ਵਿਹੜੇ 'ਚ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬ ਕੈਬਨਿਟ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਦੌਰਾਨ ਸਰਦਾਰ ਕਾਂਗੜ ਨੇ ਕਿਹਾ ਕਿ ਪੰਜਾਬ ਸਰਕਾਰ ਲੜਕੀਆਂ ਦੇ ਮਨੋਬਲ ਨੂੰ ਉੱਚਾ ਚੁੱਕਣ ਲਈ ਯਤਨਸ਼ੀਲ ਹੈ, ਕਿਉਂਕਿ ਜੇਕਰ ਲੜਕੀਆਂ ਪੜ੍ਹੀਆਂ ਲਿਖੀਆਂ ਹੋਣਗੀਆਂ ਤਾਂ ਸਮਾਜ ਤਰੱਕੀ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦਾ ਮੁੱਖ ਮੰਤਵ ਬੱਚੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨਾ ਵੀ ਹੈ ਅਤੇ ਇਸ 'ਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਸਰਦਾਰ ਕਾਂਗੜ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਹਫ਼ਤੇ ਵਿੱਚ 2 ਦਿਨ ਸਰਕਾਰੀ ਸਕੂਲਾਂ ਦਾ ਦੌਰਾ ਕਰਨ ਅਤੇ ਪਾਈਆਂ ਜਾਣ ਵਾਲੀਆਂ ਕਮੀਆਂ ਨੂੰ ਤੁਰੰਤ ਦੂਰ ਕਰਨ। ਅੱਜ ਅਸੀਂ ਸਾਰੇ ਜਣੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਦੇ ਦਿੱਤੇ ਉਦੇਸ਼ ਦੇ ਮੁਤਾਬਕ ਜੋ ਉਹਨਾਂ ਦੀ ਚੰਗੀ ਸੋਚ ਦਾ ਨਤੀਜਾ ਹੈ, ਜਿਹੜੇ ਬੱਚੇ ਸਾਡੀਆਂ ਬੇਟੀਆਂ ਆਪਣੇ ਘਰ ਤੋਂ ਦੂਰ ਪੈਂਡਾ ਕਰਕੇ ਸਕੂਲ 'ਚ ਹਾਜ਼ਰੀ ਲਵਾਉਂਦੀਆਂ ਸਨ, ਉਹਨਾਂ ਦੀ ਮੁਸ਼ਕਲ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਉਹ ਬੱਚਿਆਂ ਨੂੰ ਉਹਨਾਂ ਦੀ ਆਉਣ ਜਾਣ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਇਹਨਾਂ ਨੂੰ ਸਾਈਕਲ ਮੁਹੱਈਆ ਕੀਤੇ ਜਾਣ। ਅੱਜ ਮੈਂ ਪੰਜਾਬ ਸਰਕਾਰ ਵੱਲੋਂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ, ਜੋ ਸਾਰੇ ਪੰਜਾਬ ਦੇ ਵੱਖ ਵੱਖ ਹਲਕਿਆਂ 'ਚ ਲੀਡਰ ਸਾਹਿਬਾਨਾਂ ਦੀਆਂ ਡਿਊਟੀਆਂ ਲੱਗੀਆਂ, ਅਸੀਂ ਅੱਜ ਉਸ ਡਿਊਟੀ ਨੂੰ ਨਿਭਾਉਣ ਆਏ ਹਾਂ। ਪਰ ਮੈਂ ਆਪਣੀਆਂ ਸਤਿਕਾਰਯੋਗ ਬੇਟੀਆਂ ਨੂੰ ਇਹ ਕਹਿਣਾ ਚਾਹੂੰਗਾ, ਇਹ ਜਿਹੜੀ ਸਹੂਲਤ ਨੂੰ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਹੈ, ਇਸ ਸਹੂਲਤ ਨੂੰ ਤੁਸੀਂ ਆਪਦੇ ਸਕੂਲ ਆਉਣ ਜਾਣ ਦੀ ਸ਼ਰਧਾ ਨੂੰ ਮੁੱਖ ਰੱਖਦੇ ਹੋਏ ਸਮੇਂ ਸਿਰ ਸਕੂਲ ਆਉਣਾ ਔਰ ਸਮੇਂ ਸਿਰ ਸਕੂਲ ਤੋਂ ਜਾ ਕੇ ਮਾਂ ਬਾਪ ਦੇ ਘਰ ਆਪਣੇ ਪਰਿਵਾਰ ਵਿੱਚ ਬੈਠਣਾ, ਇਸ ਨਾਲ ਤੁਹਾਡਾ ਸਮਾਂ ਵੀ ਬਚੂਗਾ, ਰਸਤੇ 'ਚ ਜਿਹੜਾ ਤੁਹਾਡਾ ਆਉਣ ਜਾਣ ਦੀ ਤਕਲੀਫ ਸੀ ਉਹ ਵੀ ਘੱਟ ਜਾਣੀ ਹੈ, ਔਰ ਤੁਹਾਨੂੰ ਪੜ੍ਹਨ ਦਾ ਜੋ ਤੁਸੀਂ ਪੜ੍ਹਾਈ ਦਾ ਸਮਾਂ ਉਹ ਵੀ ਤੁਹਾਡੇ ਕੋਲ ਵਧੀਆ ਢੰਗ ਨਾਲ ਤੁਸੀਂ ਆਪਣੇ ਘਰਾਂ 'ਚ ਜਾ ਕੇ ਵੀ ਵੇਲੇ ਸਿਰ ਪੜ੍ਹਾਈ ਕਰ ਸਕੋਗੇ। ਰਾਮਪੁਰਾ ਫੂਲ ਤੋਂ ਤਸਵੀਰ ਔਲਖ ਦੀ ਰਿਪੋਰਟ, NC7 ਨਿਊਜ਼।